ਕੀ ਹਾਲ ਚਾਲ ਹੈ ਗੁਰੇ? ਠੀਕ ਆ ਬਾਈ, ਹੋਰ ਠੀਕ ਹੋ? ਵਧੀਆ, ਤੂੰ ਸੁਣਾ? ਵਧੀਆ ਵਧੀਆ ਬਾਈ। ਹੋਰ ਫਿਰ ਕੀ ਬਣਦਾ? ਬੱਬਾ ਨਾ ਬਣਾਉਣਾ ਕੀ ਆ, ਭਾਣਾ ਜੇ ਹੱਥ ਲੋਕਾਂ ਨੇ ਹੱਥ ਮਿਲਾਉਣ ਵੀ ਮਾਰੀ ਜੀ ਨੇ ਹਜਾੜਾ ਤਾ ਤੇ ਵੀ ਹੱਥ ਮਿਲਾਉਣੇ ਆ ਤਾਂ ਸੇ ਆਪਾਂ ਨਹੀਂ ਮਿਲਾਉਂਦੇ ਆਲਾ ਤੇਰੀ ਹਵਾ ਖਰਾਬ ਆ। ਕੰਮ ਕੁੰਮ ਕਿਵੇਂ ਚੱਲਦਾ? ਭਾਇਆ ਉਹ ਯਾਰ ਬੱਠੀ ਆ ਭਾਇਆ ਭਾਇਆ ਕੰਮ ਕਾਰ ਤਾਂ ਤੈਨੂੰ ਬਈ ਪਤਾ ਹੀ ਆ ਜਿਹੜਾ ਹੈਗਾ। ਦੁਕਾਨ ਤੇ ਜਾਂਦੇ ਆ ਬਈ, ਸਾਫ਼ ਸਫਾਈ ਕਰਕੇ ਮੁੜੇ ਆਉਂਦੇ ਆ, ਕੋਈ ਗਾਹਕ ਹੀ ਨਹੀਂ ਹੁੰਦਾ ਯਾਰ। ਸਾਡਾ ਤਾਂ ਬਾਲਾ ਬੁਰਾ ਹਾਲ ਹੋ ਗਿਆ, ਤੁਹਾਡਾ ਤਾਂ ਡੀਜੇ ਵਾਲਾ ਬਾਲਾ ਖਰਾਬ ਆ ਜੀ। ਇਹ ਪੁੱਛਣਾ ਪਹਿਲਾਂ ਕਹਿੰਦੇ ਚੱਲ ਦਸਵੇਂ ਮਹੀਨੇ ਮੈਨੂੰ ਆਏ ਸੀਗਾ, ਲਾ ਲਾਂਗੇ ਜਗਰਾਤੇ ਆਉਣਗੇ ਚੱਲ ਵਿਆਹ। ਪਹਿਲਾਂ ਤਿੰਨ ਆਏ ਸੀ, ਤਿੰਨ ਮਹੀਨੇ ਖੁੱਲ ਜੂ ਵੀ ਪ੍ਰੋਗਰਾਮ। ਅਸੀਂ ਮੇਰੀ ਸਾਲੀ ਦਾ ਵਿਆਹ ਕਰਨਾ ਸੀਗਾ ਤੇ ਵੀ ਕਰਿਆ ਸੀ, ਵੀ ਸੋਚਿਆ ਸੀ ਵੀ ਡੀਜੇ ਲਵਾਵਾਂਗੇ, ਹੋਰ ਲਵਾਵਾਂਗੇ, ਉਹ ਵਿੱਚ ਹੀ ਰਹਿ ਗਈ ਸਾਰੀ ਗੱਲ। ਮੇਰਾ ਤਾਂ ਬਾਹਲਾ ਹੀ ਬੁਰਾ ਹਾਲ ਹੋ ਗਿਆ, ਮਤਲਬ ਦੁਕਾਨ ਦਾ ਕਿਰਾਇਆ ਵੀ ਦੇਣਾ ਤਾਂ ਲੈ ਨਹੀਂ ਪਤਾ ਕਦੋਂ ਅੱਜ ਸਾਡੇ ਵਾਲਾ ਬਣੀ ਜਾ। ਕੱਲ ਮੇਰਾ ਤਾਂ ਬਾਣੀਆ, ਕੱਲ ਕਿਰਾਇਆ ਲੈਣਾ ਸੀ। ਅੱਛਾ, ਲੈ ਕਿਰਾਏ ਨੂੰ ਉਹ ਤੇਰਾ ਆ ਗਿਆ ਸੱਜੂ ਬਾਣੀਆ, ਕਿਰਾਇਆ ਲੈਣਾ, ਉਹ ਦੇਖ ਉਹ ਆ ਰਿਹਾ। ਲੈ ਉਹ ਆ ਗਿਆ ਸੱਜੂ। ਹਾਂ, ਸ਼ੈਤਾਨ ਨੂੰ ਯਾਦ ਕੀਤਾ, ਸ਼ੈਤਾਨ ਆ ਗਿਆ ਹੁਣ ਕਿਰਾਇਆ। ਭਾਈ ਆਉਣੇ ਤਾਂ ਆਉਣੀ ਸੀ, ਕਿਰਾਇਆ ਤਾਂ ਲੈਣੀ ਆ ਆ ਗਏ ਨੇ। ਹਰੇਕ ਬੰਦਾ ਦਰੇ ਦਲਿਆ ਨੀ ਹੁੰਦਾ ਨਾ, ਚਾਹੇ ਕੋਈ ਕੋਈ ਹਾਏ ਰੱਬਾ ਜੇ ਮੇਰਾ ਬਾਣੀ ਵੀ ਲਿਖਾਂ ਜੀ, ਮੈਨੂੰ ਵੀ ਚਾਰ ਪੈਸੇ ਦੇ ਜੇ।